ਜਿਹੜੀ ਇਹ ਜਰਨੀ ਪਾਰ ਕਰ ਰਹੇ ਸੀ, ਕਿੰਨੀ ਕੁ ਵਾਰ ਤੁਹਾਨੂੰ ਐਂ ਲੱਗਿਆ ਕਿ ਡਿਪਰੈਸ਼ਨ ਆਇਆ, ਤੁਹਾਨੂੰ ਇਹ ਲੱਗਿਆ ਕਿ ਮੇਰੇ ਲਈ ਬੜਾ ਮੁਸ਼ਕਲ ਹੈ ਉਹ ਟਾਈਮ ਕੱਢਣਾ? ਉਹ ਕਿਹੜੇ ਕਿਹੜੇ ਪੜਾਵ ਸੀਗੇ? ਹਾਂਜੀ ਹਾਂਜੀ, ਉਹ 2000 ਸਾਲ ਦੇ ਵਿੱਚ ਜਦੋਂ ਮੇਰਾ ਆਪਣੇ ਪਾਰਟਨਰ ਦੇ ਨਾਲ ਉਸ ਡਿਸਪਿਊਟ ਨੇ ਮੈਨੂੰ ਡਿਪਰੈਸ਼ਨ 'ਚ ਭੇਜ ਦਿੱਤਾ ਜੀ, ਔਰ ਮੈਂ ਹੋਸਪਿਟਲ 'ਚ ਵੀ ਦਾਖਲ ਰਿਹਾ, ਠੀਕ ਹੈ, ਮੇਰੀਆਂ ਕਲਾਸਾਂ ਵੀ ਲੱਗਦੀਆਂ ਸੀ ਪਰ ਮੈਂ ਠੀਕ ਨਹੀਂ ਸੀ ਹੋ ਪਾ ਰਿਹਾ ਜੀ। ਫਿਰ ਮੈਂ ਬੜੀ ਹੀ ਸੈਰ ਕੀਤੀ, ਫਿਰ ਮੈਂ ਓਸ਼ੋ ਦੀ ਸਟੱਡੀ ਕੀਤੀ। ਕਿਸੇ ਨੇ ਕਿਹਾ ਕਿ ਵੀ ਤੁਸੀਂ ਰਜਨੀਸ਼ ਓਸ਼ੋ ਨੂੰ ਸ਼ੁਰੂ ਕਰੋ ਸੁਣਨਾ ਜੀ, ਉਹ ਮੈਂ ਜਿਹੜੇ ਤੁਸੀਂ ਸਾਡਾ ਪਲੇਅ ਦੇਖੋਗੇ ਉਹਨੂੰ ਮੈਂ ਬਹੁਤ ਸਟੱਡੀ ਕੀਤੀ ਜੀ, ਅਤੇ ਸੈਰ ਅਤੇ ਦਵਾਈਆਂ ਅਤੇ ਖਾਧੀਆਂ ਖਾਣੀਆਂ ਪੈਂਦੀਆਂ ਪੈਂਦੀ ਜੋ ਮਰਜ਼ੀ ਹੈ। ਮੈਂ ਸਮਝਦੇ ਹਾਂ ਕਿ ਉੱਪਰ ਵਾਲੇ ਦੀ ਜਾਂ ਮੇਰੀ ਮਦਰ ਦੀ ਕੁਛ ਦਵਾਵਾਂ ਜਾਂ ਮੇਰੀ ਮਿਹਨਤ ਨੇ ਮੈਨੂੰ ਉਸ ਡਿਪਰੈਸ਼ਨ 'ਚੋਂ ਕੱਢਿਆ ਜੀ, ਜਿਹੜਾ ਕਿ ਮੈਂ ਉਦੋਂ ਆਪ 2 ਵਾਰੀ ਡਿਪਰੈਸ਼ਨ 'ਚ ਗਿਆ ਅਤੇ ਹੁਣ ਮੈਂ ਲੋਕਾਂ ਨੂੰ ਡਿਪਰੈਸ਼ਨ 'ਚੋਂ ਕੱਢਦਾ।